가는 이슬은 된대였어. 매다 아방에 설치했고. 나이 가디티다 아방에 안겨나 아마다 벌죠. 네 용대요. 맡겨야지요. ਕਮਰੇ ਹਾਈ ਕੋਰਟ ਦੇ ਆਰਡਰ ਨੇ ਜੋ ਕਮਰੇ ਤੁਹਾਨੂੰ ਨੇ ਬਾਕੀ ਮਕਾਨ ਇਹਨਾਂ ਦਾ ਜਿਹੜੀ ਜ਼ਮੀਨ ਹੈ ਉਹ ਵੀ ਇਹਨਾਂ ਦੀ ਕਲੀਅਰ ਹੈ ਸਭ ਤੋਂ ਵੱਡੀ ਇਸਨਾ ਮੈਂ ਜੋ ਤੰਗ ਕਰਦੇ ਹੋ ਕਿਉਂ ਰੋਂਦੀ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਚਾਂਬ ਦਾ ਇੱਕ ਬਜ਼ੁਰਗ ਜੋੜਾ ਆਪਣਾ ਘਰ ਬਾਰ ਹੋਣ ਦੇ ਬਾਵਜੂਦ ਵੀ ਨੂੰਹ ਦੀ ਅਣਬਣ ਕਾਰਨ ਘਰੋਂ ਬਾਹਰ ਰਹਿ ਰਿਹਾ ਸੀ ਅਤੇ ਜਦ ਇਸ ਗੱਲ ਬਾਰੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦ ਗੈਂਦ ਨੂੰ ਪਤਾ ਚੱਲਿਆ ਤਾਂ ਉਹ ਖੁਦ ਉਸ ਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਉੱਥੇ ਪਹੁੰਚ ਗਏ ਇੱਥੇ ਨਾ ਸਿਰਫ ਉਹਨਾਂ ਨੇ ਦੋਵਾਂ ਬਜ਼ੁਰਗਾਂ ਦੀ ਘਰ ਵਾਪਸੀ ਕਰਵਾਈ ਸਗੋਂ ਮੌਕੇ ਤੇ ਮੌਜੂਦ ਡੀਐਸਪੀ ਰਾਜਵਿੰਦਰ ਸਿੰਘ ਨੂੰ ਇਹ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਕੋਈ ਘਰੋਂ ਬਾਹਰ ਨਾ ਕੱਢੇ ਇਸ ਗੱਲ ਤੋਂ ਭਾਵੁਕ ਹੁੰਦੇ ਹੋਏ ਬਜ਼ੁਰਗ ਮਾਤਾ ਮਹਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਗੱਲ ਆ ਕੇ ਕਿਹਾ ਕਿ ਮਾਤਾ ਕੀ ਹੋਇਆ ਜੇਕਰ ਤੇਰਾ ਪੁੱਤ ਨਹੀਂ ਰਿਹਾ ਤਾਂ ਮੈਂ ਅੱਜ ਤੋਂ ਤੇਰਾ ਪੁੱਤ ਹਾਂ ਜੇਕਰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਸਿੱਧਾ ਮੈਨੂੰ ਦੱਸੋ ਤੁਹਾਨੂੰ ਦੱਸ ਦੇ ਕਿ ਹਾਈ ਕੋਰਟ ਦੇ ਆਦੇਸ਼ ਮੁਤਾਬਕ ਦੋ ਕਮਰੇ ਨੂੰਹ ਦੇ ਛੱਡ ਕੇ ਬਾਕੀ ਘਰ ਦਾ ਸਾਰਾ ਕਬਜ਼ਾ ਬਜ਼ੁਰਗਾਂ ਨੂੰ ਦਵਾਇਆ ਗਿਆ ਪਿਛਲੇ 3-4 ਮਹੀਨੇ ਤੋਂ ਇਹ ਓਲਡ ਲੇਡੀ ਮੇਰੇ ਕੋਲ ਆ ਰਹੀ ਹੈ ਤਕਰੀਬਨ ਇਹਨਾਂ ਦੀ ਉਮਰ 80-85 ਸਾਲ ਮੈਂ ਸਮਝਦਾ ਹੈਗੀ ਹੈ ਇਹ ਮੀਆਂ ਵੀ ਦੋਨੋਂ ਮੇਰੇ ਕੋਲ ਆ ਰਹੇ ਨੇ ਮੇਨਟੇਨੈਂਸ ਆਫ ਐਲਡਰਲੀ ਪੀਪਲ ਜਿਹੜਾ ਐਕਟ ਹੈਗਾ 2007 ਦਾ ਉਹਦੇ ਵਿੱਚ ਅਸੀਂ ਫੈਸਲਾ ਦੇ ਦਿੱਤਾ ਸੀਗਾ ਐਜ਼ ਟ੍ਰਿਬਿਊਨਲ ਕਿ ਇਹ ਜਿਹੜਾ ਘਰ ਹੈਗਾ ਕਿਉਂਕਿ ਸੱਸ ਨੂੰ ਸੇਵਾ ਨਹੀਂ ਕਰਦੀ ਅਤੇ ਸੱਸ ਨੂੰ ਕਬੂ ਦਾ ਕਬਜ਼ਾ ਦੇ ਦਿੱਤਾ ਜਾਵੇ 8-8-2019 ਨੂੰ ਦਿੱਤਾ ਸੀਗਾ ਉਸ ਤੋਂ ਬਾਅਦ ਫਿਰ ਇਹਨੇ ਦਰਖਾਸਤ ਦਿੱਤੀ ਕਿ ਜ਼ਮੀਨ ਦਾ ਕਬਜ਼ਾ ਵੀ ਮੈਨੂੰ ਦੇਣਾ ਚਾਹੀਦਾ ਮੈਨੂੰ ਹੀ ਮਿਲੇ ਅਸੀਂ ਉਹਦੇ ਹੱਕ ਦੇ ਵਿੱਚ ਓਲਡ ਲੇਡੀ ਦੇ ਹੱਕ ਦੇ ਵਿੱਚ ਵੀ ਜ਼ਮੀਨ ਦਾ ਕਬਜ਼ਾ ਦੇ ਦਿੱਤਾ ਸੀ 26-8-2019 ਨੂੰ ਇਨ ਦੀ ਮੀਨ ਟਾਈਮ ਜਿਹੜੀ ਲੂਨ ਹੈਗੀ ਹੈ ਇਹ ਹਾਈਕੋਰਟ ਚਲੇਗੀ ਹਾਈਕੋਰਟ ਜਾ ਕੇ ਹਾਈਕੋਰਟ ਨੇ ਇੰਟਰਿਮ ਆਰਡਰ ਕੀਤਾ ਕਿ ਦੋ ਕਮਰੇ ਨੂੰ ਦਿੱਤੇ ਜਾਣ ਔਰ ਬਾਕੀ ਘਰ ਬਜ਼ੁਰਗ ਲੇਡੀ ਨੂੰ ਦੇ ਦਿੱਤੇ ਅਤੇ ਅਸੀਂ ਉਹੀ ਇੰਪਲੀਮੈਂਟੇਸ਼ਨ ਦੇਖਣ ਆਏ ਸੀ ਕਿ ਹਾਈਕੋਰਟ ਦੇ ਆਰਡਰ ਦੀ ਪ੍ਰੋਪਰ ਇੰਪਲੀਮੈਂਟੇਸ਼ਨ ਹੋ ਗਈ ਹੈ ਕਿ ਨਹੀਂ ਜਿਹਦੀ ਵੀ ਇੰਪਲੀਮੈਂਟੇਸ਼ਨ 'ਚ ਕੋਈ ਕਮੀ ਸੀਗੀ ਉਹ ਪੂਰੀ ਕਰਾਤੀ ਗਈ ਹੈ ਆਈ ਥਿੰਕ ਹੁਣ ਆਹਿਸਤਾ ਆਹਿਸਤਾ ਪੰਚਾਇਤ ਨੂੰ ਵੀ ਅਸੀਂ ਕਿਹਾ ਕਿ ਵਿੱਚ ਪੈ ਕੇ ਇਹਨਾਂ ਦਾ ਸਮਝੌਤਾ ਵੀ ਕਰਾਉਣ ਦੀ ਕੋਸ਼ਿਸ਼ ਕਰੋ ਜੇ ਇਹਨਾਂ ਦਾ ਸਮਝੌਤਾ ਹੋ ਜਾਵੇ ਲੇਡੀ ਔਰ ਕਪਲ ਬੜਾ ਓਲਡ ਹੈਗਾ 85 ਸਾਲ ਦਾ ਤਾਂ ਉਮੀਦ ਕਰਦੇ ਹਾਂ ਕਿ ਪੰਚਾਇਤ ਕਾਮਯਾਬ ਹੋਵੇਗੀ ਤੁਹਾਨੂੰ ਦੱਸ ਦੇ ਕਿ ਇਸ ਬਜ਼ੁਰਗ ਜੋੜੇ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੇ ਇਸ ਬਜ਼ੁਰਗ ਜੋੜੇ ਸਲਵਿੰਦਰ ਸਿੰਘ ਅਤੇ ਮਹਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਦੇ ਕੋਲ ਸੀਨੀਅਰ ਸਿਟੀਜ਼ਨ ਮੈਂਟੇਨੈਂਟ ਐਕਟ ਦੇ ਤਹਿਤ ਮਦਦ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਡੀਸੀ ਵੱਲੋਂ ਇਹਨਾਂ ਦੀ ਮਦਦ ਕਰਦੇ ਹੋਏ ਘਰ ਦਾ ਕਬਜ਼ਾ ਦਵਾਇਆ ਗਿਆ ਅਤੇ ਹੁਣ ਡੀਸੀ ਵੱਲੋਂ ਕੀਤੇ ਗਏ ਇਸ ਕੰਮ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਚੈਨਲ ਪੰਜਾਬ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ